इस वक्त पंजाब का एक अजिहा पिंड तुहानू दिखाण जा रहा मकौड़ा पत्तन विखे इस वक्त मौजूद हैं जिथे दे हालात तुसीं इस वक्त देख सकते हो। एक रावी उज ये दोनों दरियावां का मेल इत्थे हुंदा है। कई बार तो अजिहा माहौल भी हो जाता जे पानी चढ़िया है रावी दरिया दे विच तां इधर वाले लोग इत्थे ही रह जांदे ने, उधर वाले फिर उधर उड़ीकते ने कि जद बेड़ी आएगी तां फिर काम कार किते जाणगे। पिंडां दे हालात बहुत माड़े ने, रस्ता ही बहुत रुड़ गया, लोगों नूं जाण दी बहुत तंगी है। मैं बांस नहीं लग रहा, इन्ना पानी इत्थे 20 फुट तो ज़्यादा पानी है, देखो पूरा बांस सुट रहे ने, तो बिल्कुल पानी बांस नहीं लग रहा, चप्पू नाल ही जा रही। ਜਦੋਂ ਪਾਣੀ ਜ਼ਿਆਦਾ ਹੋ ਜਾਂਦਾ ਹੈ ਤਾਂ ਫਿਰ ਬੇੜੀ ਦਾ ਕਾਫੀ ਟਾਈਮ ਤੱਕ ਵੇਟ ਕਰਨਾ ਪੈਂਦਾ ਹੈ, ਫਿਰ ਜਿਸ ਕਰਕੇ ਅਸੀਂ ਲੇਟ ਹੋ ਜਾਂਦੇ ਹਾਂ। ਫਿਰ ਜਦੋਂ ਉੱਧਰੋਂ ਦੀ ਆਉਣਾ ਹੈ ਤਾਂ ਫਿਰ ਉਸ ਟਾਈਮ ਵੀ ਕਈ ਵਾਰੀ ਅਸੀਂ ਦੁਪਹਿਰੇ 3 ਵਜੇ ਆਉਂਦੇ ਹਾਂ, ਕਈ ਵਾਰੀ 4 ਵਜੇ ਬੇੜੀ ਪੈਂਦੀ ਹੈ, ਫਿਰ ਉਹਨਾਂ ਇੱਧਰ ਵੇਟ ਕਰਨਾ ਪੈਂਦਾ ਹੈ। ਤਾਂ ਕਈ ਵਾਰੀ ਅੱਗੇ ਅਗਰ ਪਿੰਡਾਂ 'ਚ ਪਾਣੀ ਹੈ ਤਾਂ ਫਿਰ ਅਸੀਂ ਪੂਰੇ ਪਿੰਡਾਂ 'ਚ ਨਹੀਂ ਜਾ ਪਾਉਂਦੇ, ਫਿਰ ਸਾਨੂੰ ਫਿਰ ਹੋਰ ਵੇਟ ਕਰਨੀ ਪੈਂਦੀ ਹੈ, ਥੋੜ੍ਹੇ ਦਿਨਾਂ ਬਾਅਦ ਫਿਰ ਦੂਸਰੀ ਜਗ੍ਹਾ ਜਾਣਾ ਪੈਂਦਾ। ਇਸ ਕਰਕੇ ਬੜੀਆਂ ਮੁਸ਼ਕਿਲਾਂ ਦੇਖਣੀਆਂ ਪੈਂਦੀਆਂ। ਪ੍ਰਸ਼ਾਸਨ ਵੱਲੋਂ ਕਿੰਨੀ ਵਾਰੀ ਕਿਹਾ ਗਿਆ ਕਿ ਸਾਡੇ ਇੱਥੇ ਪੁਲ ਬਣਾ ਦਿੱਤਾ ਜਾਏ, ਬਟ ਕਿਸੇ ਵੱਲੋਂ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਇੱਥੇ ਕੋਈ ਕਾਹਦੀ ਸੁੱਖ ਸੁਵਿਧਾ ਹੋਣੀ ਹੈ ਜੇ ਡਾਕਟਰ ਕੋਈ ਇੱਧਰੋਂ ਜਾਏਗਾ ਤਾਂ ਤਾਂ ਹੀ ਹੈ। ਕਈ ਵਾਰ ਤਾਂ ਸਾਰਾ ਸਾਰਾ ਦਿਨ ਬੇੜੀ ਨਹੀਂ ਪੈਂਦੀ। ਮੈਂ ਤਾਂ ਇਸ ਕਰਕੇ ਕਹਿੰਦਾ, ਮੇਰੀ ਉਹ ਸਾਹਮਣੇ ਜ਼ਮੀਨ ਹੈ, ਉਹਦੇ ਵਿੱਚ ਮੇਰੀ ਟਰੈਕਟਰ ਟਰਾਲੀ ਫਸੀ ਦੀ ਹੈ, ਉਹਦੇ ਵਿੱਚ ਮੋਟਰਾਂ ਫਸੀ ਦੀਆਂ, ਝੋਨਾ ਲਾਉਣ ਜਾਂ ਪਨੀਰੀ ਰੁੜ ਗਈ। ਪਾਰ ਪਾਰ ਕਰਨ ਲਈ ਘੱਟ ਤੋਂ ਘੱਟ 1.5 ਘੰਟਾ ਲੱਗ ਜਾਂਦਾ। ਇੱਧਰ ਤਸਵੀਰਾਂ ਤੁਹਾਨੂੰ ਦਿਖਾਉਂਗੀ ਕਿ ਇਹ ਪੁੱਲ ਜਿਹੜਾ ਚੁੱਕ ਦਿੱਤਾ ਜਾਂਦਾ ਸਰਕਾਰ ਦੇ ਵੱਲੋਂ, ਜਦੋਂ ਪਾਣੀ ਦਾ ਵਹਾਅ ਜਾਂ ਪਾਣੀ ਬਹੁਤ ਝੜ ਆਉਂਦਾ ਦਰਿਆਵਾਂ ਦੇ ਵਿੱਚ